मंत्री पंजाब डीजीपी श्री गौरव यादव जी दी हदायतों अनुसार पंजाब तो ड्रग्स के खात्मे दी तहत चलाई मुहिम नूं मुख रखते हुए फाजिलका पुलिस ने BSF ते सेंट्रल एजेंसियां दे नाल इक जॉइंट ऑपरेशन दे विच कल एक आर्मी जवान ते उहदे मददगार परमजीत सिंह पासों करीब 31 किलो जिहड़ी हीरोइन आ ਉਹ ਬਰਾਮਦ ਕੀਤੀ ਆ। ਉਹਨਾਂ ਤੋਂ ਜਿਹੜੀ ਵਰਨਾ ਕਾਰ ਸੀ ਉਹਨਾਂ ਦੀ ਉਹ ਕਾਰ ਵੀ ਬਰਾਮਦ ਕੀਤੀ ਆ ਤੇ ਉਹ ਦੋਨੇ ਵਿਅਕਤੀਆਂ ਨੂੰ ਅਰੈਸਟ ਕਰਕੇ ਇਸ ਦੇ ਵਿੱਚ ਟੋਟਲ 29 ਪੈਕਟਾਂ ਦੇ ਵਿੱਚੋਂ 31 ਕਿਲੋ ਜਿਹੜੀ ਹੀਰੋਇਨ ਬਰਾਮਦ ਕੀਤੀ ਆ। ਇੱਕ ਬੜੀ ਵੱਡੀ ਜਿਹੜੀ ਆ ਫਾਜ਼ਿਲਕਾ ਪੁਲਿਸ ਦੇ SSP ਸਾਹਿਬ, CAG ਸਟਾਫ, ਹੋਰ ਪੁਲਿਸ ਕਰਮਚਾਰੀ ਅਤੇ BSF ਨੇ ਜੁਆਇੰਟ ਆਪਰੇਸ਼ਨ ਦੌਰਾਨ, ਕਿਉਂਕਿ ਬਾਰਡਰ ਦੇ ਜਿਉਂ ਹੀ ਥੋੜ੍ਹੀ ਮੋਟੀ ਹਰਕਤ ਹੋਈ ਉਸ ਦੀ ਇਨਫੋਰਮੇਸ਼ਨ ਦੇ ਆਧਾਰ 'ਤੇ ਉਹ BSF ਨੇ ਇਨਫੋਰਮੇਸ਼ਨ ਦਿੱਤੀ। BSF ਅਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਾਜ਼ਿਲਕਾ ਨੇ ਰਲ ਕੇ ਜੁਆਇੰਟ ਨਾਕਾਬੰਦੀ ਕੀਤੀ। ਉਸ ਨਾਕਾਬੰਦੀ ਦੌਰਾਨ ਆ ਜਿਹੜੀ ਇਹ ਜਿਹੜੇ ਦੋਨੇ ਵਿਅਕਤੀ ਕਾਬੂ ਹੋਏ ਨੇ ਅਤੇ 31 ਕਿਲੋ ਦੇ ਕਰੀਬ ਹੀਰੋਇਨ ਨੇ ਜਿਹੜੀ ਬਰਾਮਦ ਹੋਈ। ਸਰ ਇਹ ਕਦੋਂ ਮੰਗਵਾਈ ਗਈ ਸੀ ਖੇਪ, ਕੁਝ ਪਤਾ ਲੱਗਿਆ ਸਰ? ਇਹ ਪਰਸੋਂ ਰਾਤ ਕਰੀਬ 12 ਵਜੇ ਨੋਟਿਸ ਹੋਇਆ ਸੀ, ਉਸ ਵੇਲੇ ਦੀ ਮੂਵਮੈਂਟ ਨੋਟਿਸ ਹੋਈ ਸੀ। ਉਸ ਵੇਲੇ ਉਹ ਕ੍ਰੋਸ ਬਾਰਡਰ ਤੋਂ ਉੱਧਰ ਇਹਨਾਂ ਨੇ ਇੱਧਰ ਪਹੁੰਚਾਈ ਸੀ, ਉਹਦੇ ਆਧਾਰ 'ਤੇ ਜਿਹੜੀ ਅਲਰਟਨੈਸ ਨੂੰ ਅਸੀਂ ਨਾਕਾਬੰਦੀਆਂ ਕਰਵਾ ਕੇ ਅਤੇ ਉਹ ਤੋਂ ਬਾਅਦ ਅਸੀਂ ਰਿਕਵਰ ਕੀਤੀ ਆ। ਇਹ ਸਰ ਇੰਨੀ ਵੱਡੀ ਖੇਪ ਆਈ ਕਿਵੇਂ ਹੈ, ਕੁਝ ਪਤਾ ਲੱਗਿਆ ਸਰ? ਇਹ ਉਹ ਪਾਈਪ ਸਿਸਟਮ ਦੇ ਰਾਹੀਂ ਉਹਨਾਂ ਨੇ ਧੁੰਦ ਦਾ ਅਤੇ ਸਰਦੀ ਦਾ ਫਾਇਦਾ ਲੈ ਕੇ ਪਾਈਪ ਸਿਸਟਮ ਦੇ ਰਾਹੀਂ ਸਿੱਟੀ ਆ। BSF ਦੇ ਜਵਾਨਾਂ ਨੇ ਨੋਟਿਸ ਕੀਤਾ, ਉਹਨਾਂ ਨੇ ਫਾਇਰਿੰਗ ਕੀਤੀ ਆ। ਉਹ ਤੁਰੰਤ ਬਾਅਦ ਨਾਕਾਬੰਦੀ ਕਰਕੇ ਜਿਹੜੀ ਉਹ ਰਿਟਰੀਵ ਕਰਕੇ ਲਿਜਾਣਾ ਚਾਹੁੰਦੇ ਸੀ, ਉਸ ਰਿਟਰੀਵ ਦੇ ਵਿੱਚ ਹੀ ਉਹ ਉਹਨਾਂ ਨੂੰ ਉੱਥੇ ਘੇਰਿਆ ਗਿਆ ਨਾਕਾਬੰਦੀ ਦੇ ਡਰ ਕਰਕੇ ਇੱਧਰ ਉੱਧਰ ਫਿਰਦੇ ਰਹੇ ਅਤੇ ਕੱਲ੍ਹ ਰਾਤ ਨੂੰ ਸ਼ਾਮ ਨੂੰ ਕਰੀਬ 8 ਵਜੇ ਦੇ ਕਰੀਬ ਆ ਜਿਹੜੀ ਉਹ ਪਿੰਡ ਗਗਨਕੇ ਦੇ ਪਾਸੋਂ ਉਹਨਾਂ ਨੂੰ ਅਰੈਸਟ ਕਰ ਲਿਆ। ਇਹ ਕੌਣ ਸੀ ਤੇ ਕਿੱਥੋਂ ਦੇ ਰਹਿਣ ਵਾਲੇ ਸੀ? ਜਿਹੜਾ ਆਰਮੀ ਪਰਸੋਨਲ ਸੀ ਉਹ ਮੁਹੰਮਦ ਪੀਰਾਂ ਪਿੰਡ ਦਾ ਸੀ, ਜਿਹੜਾ ਪਰਮਜੀਤ ਸਿੰਘ ਸੀਗਾ ਉਹ ਪਿੰਡ ਮਹਾਲਮ ਦਾ। ਤਾਲਮੇਲ ਕਿਵੇਂ ਹੋਇਆ ਪਰਮਜੀਤ ਦੇ ਨਾਲ? ਇਹ ਪਾਰਟ ਆਫ ਇਨਵੈਸਟੀਗੇਸ਼ਨ ਆ। ਇਹ ਆਪਸ 'ਚ ਇੱਕ ਦੂਸਰੇ ਦੇ ਨਾਲ ਵਾਕਫਕਾਰ ਸੀ, ਉਹ ਨਰੇਗਾ 'ਚ ਕੰਮ ਕਰਦਾ ਸੀ, ਇੱਥੋਂ ਲੋਕਲ ਨੇੜੇ ਪਿੰਡਾਂ ਦੇ ਹੈਗੇ ਨੇ ਅਤੇ ਅਦਰਵਾਈਜ਼ ਉਹ ਆਰਮੀ ਵਾਲਾ ਜਿਹੜਾ 2016 ਦੇ ਵਿੱਚ ਜਿਹੜਾ ਉਹ ਆਰਮੀ 'ਚ ਭਰਤੀ ਹੋਇਆ ਸੀ, ਇਸ ਪਿੰਡ ਦਾ ਹੋਣ ਕਰਕੇ ਉਹ ਜਿਹੜਾ ਅਦਰ ਪਾਰਟ ਆਫ ਇਨਵੈਸਟੀਗੇਸ਼ਨ ਆ ਵੀ ਕਿਹਦਾ ਕਿੱਥੇ ਲਿੰਕ ਡਿਵੈਲਪ ਹੋਇਆ, ਦੈਟ ਇਜ਼ ਬੀਂਗ ਇਨਵੈਸਟੀਗੇਟਿਡ। ਉਹ ਇਨਵੈਸਟੀਗੇਸ਼ਨ ਰੀਜ਼ਨ ਕਰਕੇ ਅਸੀਂ ਡਿਸਕਲੋਜ਼ ਨਹੀਂ ਕਰ ਰਹੇ, ਆਰਮੀ ਪਰਸੋਨਲ ਹੈ ਤੇ ਦੈਟ ਇਜ਼ ਜਸਟ ਟੂ ਬੀ ਨਾਟ ਟੂ ਬੀ ਡਿਸਕਲੋਜ਼। ਕੋਈ ਪਤਾ ਚੱਲਿਆ ਸਰ ਕਿੰਨੇ ਟਾਈਮ ਤੋਂ ਮੰਗਵਾ ਰਹੇ ਆ ਹੈਰੋਇਨ ਪਾਕਿਸਤਾਨ? ਹਾਂਜੀ ਹਾਂਜੀ, ਹੀ ਹੈਜ਼ ਬੀਨ ਆਈਡੈਂਟੀਫਾਈਡ, ਹੀ ਹੈਜ਼ ਬੀਨ ਅਰੈਸਟਡ। ਵੇਅਰ ਹੀ ਹੈਜ਼ ਬੀਨ ਪੋਸਟਡ ਸਰ? ਹੀ ਵਾਸ ਪੋਸਟਡ ਐਟ ਪਠਾਨਕੋਟ। ਜੀ ਸਰ, ਕੋਈ ਪਤਾ ਚੱਲਿਆ ਕਿੰਨੇ ਟਾਈਮ ਤੋਂ ਹੈਰੋਇਨ ਮੰਗਵਾ ਰਹੇ ਆ? ਪਹਿਲਾਂ ਵੀ ਕੋਈ ਇਦਾਂ ਦਾ ਮਾਮਲਾ ਆਇਆ ਸਾਹਮਣੇ ਪੁੱਛ ਗਿਸ਼ਟ? ਇਹਨਾਂ ਨੇ ਜਿਹੜਾ ਉਹ ਪ੍ਰਾਈਵੇਟ ਬੰਦਾ ਸੀਗਾ, ਉਸ ਪ੍ਰਾਈਵੇਟ ਬੰਦੇ ਦੀ ਇੱਕ ਅੱਧੇ ਵਾਰ ਦੀ ਪਹਿਲਾਂ ਦੀ ਪੁਰਾਣੀ ਸ਼ਮੂਲੀਅਤ ਹੋਈ ਆ। ਰੈਸਟ ਆਲ ਇਜ਼ ਬੀਂਗ ਇਨਵੈਸਟੀਗੇਟਿਡ, ਹਲੇ ਰਾਤ ਹੀ ਅਰੈਸਟ ਹੋਏ ਨੇ ਤੇ ਉਹ ਇਨਵੈਸਟੀਗੇਸ਼ਨ ਦੌਰਾਨ ਜਿਵੇਂ ਜਿਵੇਂ ਸਾਹਮਣੇ ਆਊਗਾ ਅਸੀਂ ਡਿਸਕਲੋਜ਼ ਕਰਾਂਗੇ। ਦੱਸਿਆ ਜਾ ਰਿਹਾ ਕਿ ਮਹਾਲਮ ਪਿੰਡ ਦਾ ਇੱਕ BSF ਦਾ ਜਵਾਨ ਜਿਹੜਾ ਔਨ ਡਿਊਟੀ ਆ ਪਠਾਨਕੋਟ ਦੇ ਵਿੱਚ, ਉਸ ਦਾ ਵੀ ਇਸ ਦੇ ਵਿੱਚ ਤਾਲਮੇਲ ਕਾਫੀ ਹੈ? BSF ਦਾ ਕੋਈ ਜਵਾਨ ਜਿਹੜਾ ਔਨ ਡਿਊਟੀ ਆ ਜਿਹੜਾ ਇਹਦੇ ਵਿੱਚ ਕੋਈ ਇਨਵੋਲਵ ਨਹੀਂ ਹੈਗਾ। ਆਰਮੀ ਦੇ ਵਿੱਚ ਕੋਈ ਹੋਵੇ? ਆਰਮੀ ਦਾ ਮੈਂ ਦੱਸ ਹੀ ਰਿਹਾ, ਇੱਕ ਹੋਰ ਕੋਈ ਜਵਾਨ ਦੱਸਿਆ ਜਾ ਰਿਹਾ ਉਸ ਦਾ ਤਾਲਮੇਲ ਵੀ ਹੈ? ਐਜ਼ ਆਫ ਨਾਓ ਸਾਡੇ ਕੋਲ ਇੱਕੋ ਹੀ ਆਰਮੀ ਪਰਸੋਨਲ ਆ ਜੋ ਪਠਾਨਕੋਟ ਪੋਸਟਡ ਸੀ, ਮੁਹੰਮਦ ਪੀਰਾਂ ਪਿੰਡ ਦਾ ਸੀਗਾ ਉਹ, ਪਲੱਸ ਇੱਕ ਪ੍ਰਾਈਵੇਟ ਬੰਦਾ ਪਰਮਜੀਤ ਸਿੰਘ ਮਹਾਲਮ ਦਾ। ਦੋ ਬੰਦੇ ਨੋਟਿਸ ਹੋਏ ਨੇ, ਇਹ ਤੋਂ ਬਿਨਾਂ ਹੋਰ ਕੋਈ BSF ਟਰੈਕ ਰਿਕਾਰਡ ਵੀ ਹੈ ਸਰ ਕੋਈ ਇਹਨਾਂ ਦਾ? ਨਹੀਂ, ਇਹਨਾਂ ਦੇ ਖਿਲਾਫ ਕੋਈ ਪੁਰਾਣਾ ਪਰਮਜੀਤ ਦਾ ਆਰਮੀ ਪਰਸੋਨਲ? ਹਾਂ, ਇਹਨਾਂ ਦੇ ਖਿਲਾਫ ਪੁਰਾਣੇ ਇਹ ਕ੍ਰਾਈਮ ਫਰੀ ਨੇ, ਕੋਈ ਇਹਨਾਂ ਦੇ ਕੋਲ ਰਜਿਸਟਰਡ ਇਹਨਾਂ ਦੇ ਖਿਲਾਫ ਕੋਈ ਕ੍ਰਾਈਮ ਨਹੀਂ ਹੈਗਾ। ਜੇਕਰ ਦੱਸਿਆ ਜੀ ਇਹ ਰਸਤੇ ਤੇ ਕਿਵੇਂ ਚੱਲਿਆ ਹੈ? ਉਹ ਇਨਵੈਸਟੀਗੇਸ਼ਨ 'ਚ ਪੁੱਛਗਿੱਛ ਕਰ ਰਹੇ ਹਾਂ ਤੇ ਅਸੀਂ ਰਾਤ ਹੀ ਫੜਿਆ ਤੇ ਕਿੱਥੇ ਲੈ ਕੇ ਜਾਣੇ ਸੀ ਇਹਨਾਂ ਨੇ ਖੇਪ ਜਿਹੜੀ ਇਹਨਾਂ ਬਰਾਮਦ? ਉਹ ਸਾਰਾ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ। ਉਹ ਸਾਰਾ ਜਿਵੇਂ 3 ਤਰੀਕ ਨੂੰ 25 ਕਿਲੋ 26 ਕਿਲੋ ਦੇ ਕਰੀਬ ਫੜੀ ਗਈ, ਇੱਕ ਵੀ 21 ਤਰੀਕ ਨੂੰ 26 ਕਿਲੋ ਦੇ ਕਰੀਬ ਹੀਰੋਇਨ ਬਰਾਮਦ ਕੀਤੀ ਗਈ ਆਪਣੇ BSF ਦੇ ਆਫੀਸਰ ਸਾਹਿਬਾਨ ਵੀ ਨੇ ਜੀ। ਤੇ ਇਹ ਇਟ ਇਜ਼ ਗੋਇੰਗ ਟੂ ਬੀ ਵਲਨਰੇਬਲ ਪਲੇਸ ਫਾਰ ਦੀ ਡਰੱਗ ਸਮਗਲਰਸ ਜੀ। ਇਟ ਇਜ਼ ਸਰਰਾਊਂਡਡ ਬਾਈ ਦੀ ਪਾਕਿਸਤਾਨ ਫਰਮ 3 ਸਾਈਡ ਤੇ ਇਨ ਦਾ ਮੋਸਟ ਸਪੋਰਟ ਹੋਇਆ ਇਸ ਕੇਸਿਸ ਦੇ ਵਿੱਚ ਜੀ। ਸਰ ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਬਹੁਤ ਸਪੋਰਟ ਹੋਇਆ, ਕੇਸਿਸ ਕਾਫੀ ਵੱਧ ਗਏ ਇਹ ਫਾਜ਼ਿਲਕਾ ਏਰੀਆ ਵਿੱਚ। ਇਹ ਥੋੜਾ ਜਿਹਾ ਸਰਦੀ ਦੇ ਮੌਸਮ 'ਚ ਧੁੰਦ ਦੀ ਆੜ ਦੇ ਵਿੱਚ ਡੈਫੀਨੇਟਲੀ ਇਦਾਂ ਦੀ ਇਨਫਿਲਟ੍ਰੇਸ਼ਨ ਵਧਣ ਦੇ ਚਾਂਸਿਸ ਹੁੰਦੇ ਨੇ। ਉਹਦੇ ਲਈ ਅਸੀਂ ਪੁਲਿਸ ਵੱਲੋਂ ਤੇ BSF ਵੱਲੋਂ
ਜੁਆਇੰਟ ਆ ਜਿਹੜੇ ਸੈਕੰਡ ਡਿਫੈਂਸ ਲਾਈਨ ਆ ਉਹਨੂੰ ਸਟਰੈਂਥਨ ਕੀਤੀ ਆ ਉਹਦੇ ਉਸ ਸਟਰੈਂਥਨ ਕਰਨ ਦੇ ਦਾ ਰਿਜ਼ਲਟ ਹੀ ਆ ਜਿਹਦੇ ਕਰਕੇ ਸਾਨੂੰ ਇਹ ਰਿਕਵਰੀ ਹੋਈ ਆ ਜਿਹੜੀਆਂ ਤਿੰਨੇ ਰਿਕਵਰੀਆਂ ਹੋਈਆਂ ਫਾਜ਼ਿਲਕਾ ਡਿਸਟ੍ਰਿਕਟ ਦੀਆਂ ਕਾਫੀ ਚੰਗੀਆਂ ਰਿਕਵਰੀਆਂ ਹੋਈਆਂ ਜਿਹੜੀਆਂ ਕਿ BSF ਤੇ ਪੰਜਾਬ ਪੁਲਿਸ ਨੇ ਜੁਆਇੰਟਲੀ ਆਪਰੇਸ਼ਨ ਦੌਰਾਨ ਕੀਤੀਆਂ ਨੇ ਜਿੰਨੀਆਂ ਕਿ ਸ਼ਾਇਦ ਹੋਰ ਕਿਤੇ ਨਹੀਂ ਹੋਈਆਂ ਕਾਫੀ ਵੱਡੇ ਪੱਧਰ ਤੇ ਇੱਥੇ ਜਿਹੜੀ ਰਿਕਵਰੀਜ਼ ਹੋਈਆਂ ਨੇ ਡਰੋਨ ਇਨਕਲੂਜ਼ਨ ਬਹੁਤ ਵਧੀਆ ਸਰ ਬੜੀ ਜ਼ਿਆਦਾ ਕੇਸਿਸ ਵਧੇ ਨੇ ਜੀ ਉਹਨੂੰ ਕੰਬੈਟ ਕਰਨ ਵਾਸਤੇ ਕੋਈ ਪਾਲਿਸੀ ਬਣਾਈ ਹੈ ਆਪਣੇ BSF ਤੇ ਪੁਲਿਸ ਨੇ ਉਹ BSF ਵੱਲੋਂ ਜੋ SOP ਬਣਾਏ ਨੇ SOP ਦੇ ਮੁਤਾਬਕ ਜਿਹੜੀ ਉਹਦੀ ਪ੍ਰੋਪਰ ਕਾਰਵਾਈ ਹੁੰਦੀ ਆ ਪਲੱਸ ਹੋਰ ਜਿਹੜੇ ਇਹਦੇ ਟੈਕਨੀਕਲ ਹੈਲਪ ਦੇ ਲਈ ਜਿਹੜੀ ਜੋ ਸਰਕਾਰ ਵੱਲੋਂ ਜਿਹੜੀ ਸਪੋਰਟ ਆ ਜਿਹੜੀ ਉਸ ਤਰ੍ਹਾਂ ਦੀ ਉਹ ਦੈਟ ਇਜ਼ ਬੀਇੰਗ ਡਿਵੈਲਪਡ ਜਿਵੇਂ ਜਿਵੇਂ ਆਊਗੀ ਉਹਦੇ ਹਿਸਾਬ ਨਾਲ ਦੈਟ ਵਿਲ ਬੀ ਹੈਲਪਫੁਲ ਟੂ ਅਸ ਸਰ ਪਾਈਪ ਨਾਲ ਜ਼ਿਆਦਾ ਅੱਜ ਕੱਲ੍ਹ ਵੇਖਣ ਨੂੰ ਮਿਲ ਰਿਹਾ ਕਿ ਪਾਈਪ ਨਾਲ ਜਿਹੜੀ ਸਮਗਲਿੰਗ ਜ਼ਿਆਦਾ ਹੋ ਰਹੀ ਹੈ ਉਹਦੇ ਉੱਪਰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇਗਾ ਉਹਦੇ 'ਚ ਥੋੜ੍ਹਾ ਜਿਹਾ ਵੱਧ ਤਰੀਕੇ ਨਾਲ ਮਤਲਬ ਇਹ ਪਿੰਡ ਦੇ ਬਿਲਕੁਲ ਫੈਂਸਿੰਗ ਦੇ ਉੱਪਰ ਆ ਜੀਰੋ ਲਾਈਨ ਤੋਂ ਜਿੱਥੇ ਨੇੜੇ ਆ ਉੱਥੋਂ ਉਹ ਟਰਾਈ ਕਰਦੇ ਨੇ ਪਾਈਪ ਰਾਹੀਂ ਸਮਗਲਿੰਗ ਕਰ ਲਓ ਜਿੱਥੋਂ ਜੀਰੋ ਲਾਈਨ ਫੈਂਸਿੰਗ ਦੇ ਨੇੜੇ ਆ ਇਹ ਵੀ ਇਸੇ ਤਰ੍ਹਾਂ ਹੀ ਆ ਫੈਂਸਿੰਗ ਦੇ ਨੇੜੇ ਆ ਇਸ ਲਈ BSF ਤੇ ਜਿਹੜੀ ਪੰਜਾਬ ਪੁਲਿਸ ਆ ਅਸੀਂ ਜੁਆਇੰਟਲੀ ਉਹਨੂੰ ਜ਼ਿਆਦਾ ਉਸ ਅਜਿਹੇ ਥਾਵਾਂ ਤੋਂ ਕਵਰ ਕਰਕੇ ਨਾਕਾਬੰਦੀ ਰਾਹੀਂ ਤੇ ਉਹਨਾਂ ਨੂੰ ਆਪਰੇਸ਼ਨ ਰਾਹੀਂ ਕਵਰ ਕੀਤਾ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਸਮਝ ਸਕਦੇ ਆ ਕਿ ਪੰਜਾਬ ਪੁਲਿਸ ਹੋਰ ਸਖਤ ਹੋ ਕੇ ਇਹਨਾਂ ਤੇ ਜ਼ਿਆਦਾ ਨਕੇਲ ਕਸਣ ਦੇ ਵਿੱਚ ਕਾਮਯਾਬ ਹੋਵੇ ਪੰਜਾਬ ਪੁਲਿਸ ਪਹਿਲਾਂ ਵੀ ਸਖਤ ਰਹੀ ਆ ਜਦੋਂ ਤੋਂ ਮਾਨਯੋਗ DGP ਸ਼੍ਰੀ ਗੌਰਵ ਯਾਦਵ ਜੀ ਆਏ ਨੇ ਲਗਾਤਾਰ ਵਧੀਆ ਰਿਕਵਰੀਆਂ ਹੋ ਰਹੀਆਂ ਤੇ ਹਮੇਸ਼ਾ ਗਾਂਹ ਵਾਸਤੇ ਵੀ ਸਖਤ ਰਵਾਂਗੇ ਤੇ ਇਹ ਪੰਜਾਬ ਪੁਲਿਸ ਦਾ ਏਮ ਹੈਗਾ ਵੀ ਜਿਹੜਾ ਡਰੱਗਸ ਫ੍ਰੀ ਸਟੇਟ ਨੂੰ ਕ੍ਰੀਏਟ ਕਰਨਾ ਹਥਿਆਰ ਵਗੈਰਾ ਵੀ ਸਰ ਮਿਲੇ ਇਸ ਤੋਂ ਨਹੀਂ ਮਿਲਿਆ ਡਰੱਗ ਮਨੀ ਵਗੈਰਾ ਇਹਦੇ ਚੋਂ ਨਹੀਂ ਮਿਲਿਆ ਨਹੀਂ